हाँ जी सत श्री अकाल जी सारयां नूं। फिर पहुंच चुके हैं तलवंडी साबो की ट्रैक्टर मंडी ते। साडी तुसीं पहली वीडियो नूं बहुत ही ज़्यादा प्यार दिता हो साडी चैनल ते, उत्ते पहली वीडियो सीगी, अज आपां दूजी वीडियो लैके आए हैं। तो वीरो जे साडे चैनल नूं हजे तक तुसीं सबसक्राइब नहीं किया तो सबसक्राइब कर दो, बैल जी वाला बटन जरूर दब लो। जे तुसीं साडी पहली वीडियो नहीं देखी तो उपर मैं आई वाला बटन पा रहा, उहदे उपर जाके तुसीं साडी पहली वीडियो भी देख सकते हो। तो आह वीडियो आपां मतलब भी अज लैके बुधवार को बनूगी, ये पूरे हफ्ते दे विच आपां वीडियो पावांगे, मतलब कि 15-15 क मिनटां दीआं वीडियो पावांगे, 10 मिनटां तो लैके 15 मिनटां दे विच विच वीडियो बनावांगे। इहदे विच स्पैशल होगा जिवें स्वराज 855 ट्रैक्टर दिखावांगे, 855 उस तों बाद सोना लीक है, अद्ध ट्रैक्टरां दीआं आपां पार्टीशन दे विच हफ्ते दे विच वीडियो छड्दे रहांगे। जिवें पहली वीडियो आ गई फिर दूजी एक दो दिनां बाद फिर तीजी वीडियो, तां करके साडे चैनल दे नाल जुड़े रहो, आपां रेटां बारे अपडेट तुहानूं गांव भी देंदे रहेंगे। आज आप चलते हैं ट्रैक्टर कन्नी ये अच्छा रिम्बा हल तक नाल दे रिम्बा हाँ आ रिम्बा आते शुरू नाल दे आ प्लेट दिखाओ नाल दी है जी ऐ प्लेट कोई रहंदी ऐडी ਨਹੀਂ ਲੱਗਦਾ ਉੱਪਰ ਵੀ ਲੱਗਦੀ ਹੈ ਇਹ ਆਪ ਤਿਆਰ ਕੀਤਾ ਤੁਸੀਂ ਹਾਂ ਹਾਂ ਇਹ ਸਾਨੂੰ ਟਰੈਕਟਰ ਦੂਰੋਂ ਆਪ ਦੇ ਬੰਨੀ ਖਿੱਚ ਕੇ ਲੈ ਕੇ ਆਇਆ ਇੰਨਾ ਸੋਹਣਾ ਪਿਆ सौ भी नहीं कम होंगे अठाई का कर दे ये जौंडियर 14-13 मॉडल है 50-50E। अच्छा ਵੀਰੇ ਜਿਵੇਂ ਤੁਸੀਂ ਇੱਥੇ ਟਰੈਕਟਰ ਤੁਹਾਡੇ ਕੋਲ ਘਰੇ ਵੀ ਕੋਈ ਟਰੈਕਟਰ ਖੜੇ ਹੁੰਦੇ ਨੇ? ਨਾ ਘਰੋਂ ਇੱਥੇ ਲਿਆਉਣੇ ਬਸ। ਜੇ ਕਈ ਯਾਰ ਬੰਦਾ ਮਤਲਬ ਵੀ ਬਾਹਰੋਂ ਉਰੋਂ ਆਵੇ ਕਹਿੰਦੇ ਬੁੱਧਵਾਰ ਦੀ ਮੰਡੀ ਤੇ ਨਹੀਂ ਆ ਸਕਦੇ। ਅੱਛਾ ਉਹ ਲੈਣੇ ਉਹ ਸਾਡਾ ਕਨੈਕਟਰ ਨੰਬਰ ਲੈ ਲਓ ਸਾਨੂੰ ਫੋਨ ਲਾ ਸਕਦਾ ਸੀ ਤੇ ਨੰਬਰ ਤਾਂ ਆਪਾਂ ਵਿੱਚ ਦੇ ਦੇਵਾਂਗੇ ਤੁਸੀਂ ਬੋਲਤਾ ਸੀ ਹਨਾ। ਠੀਕ ਹੈ ਠੀਕ ਹੈ ਜੀ। ਵੀ ਉਹ ਤੁਸੀਂ ਆਨਲਾਈਨ ਫੋਟੋਆਂ ਵਗੈਰਾ ਵੀ ਭੇਜ ਸਕਦੇ ਹੋ? ਹਾਂ ਭੇਜ ਦਿੰਦੇ ਜੀ ਬੰਦਾ ਵਟਸਐਪ। ਕਈ ਬੰਦੇ ਆਏ ਹਨਾ ਜਿਵੇਂ ਬਾਹਰੋਂ ਹੋ ਗਏ ਆਜੋ, ਜਿਵੇਂ ਯੂਪੀ ਹੋ ਗਿਆ ਬਿਹਾਰ ਹੋ ਗਿਆ ਉੱਥੋਂ ਦੇ ਬਹੁਤ ਕਿਸਾਨ ਆ ਹਨਾ ਵੀਰ, ਉਹਨਾਂ ਦੇ ਕਮੈਂਟ ਆਉਂਦੇ ਯਾਰ ਕਹਿੰਦੇ ਤੁਹਾਡੇ ਮੰਡੀ ਤਾਂ ਲੱਗਦੀ ਆ ਪਰ ਸਾਨੂੰ ਆਉਣ ਦੀ ਦਿੱਕਤ ਆ ਜਾਂ ਕਿਵੇਂ ਮਤਲਬ। ਨੰਬਰ ਦੇ ਦੇਖੋ ਸਾਡਾ ਕੁਝ। ਹਾਂ ਤੁਹਾਡਾ ਨੰਬਰ ਤਾਂ ਆਪਾਂ ਪਾ ਦੇਵਾਂਗੇ ਹਨਾ। ਅੱਜ ਤਾਂ ਦਿਖਾ ਦੇ ਆਹ ਇਹ 98 ਮਾਲ ਇਸ਼ਰ ਹੈ 1,15,000 ਦਾ। ਆਹ ਜੀ ਇਹ 960 ਹੈ 16 ਮਾਲ। ਆਹ ਦਿਖਾ ਮੜਾ। ਹਾਂ 460 ਮਾਲ 3 ਸਪੀਡ ਹੈ ਜੀ 16 ਮਾਲ ਆ।
4,35,000 ਦਾ। ਅੱਛਾ ਇੱਕ ਜਿਵੇਂ ਇਹਨਾਂ ਦਾ ਰੇਟ ਲੱਗਿਆ ਹੁੰਦਾ ਜਿਵੇਂ ਦਾ 6,00,000 ਤੇ 25,000 ਇਹ ਤਾਂ ਜੀ ਉਤਲ ਮਸ਼ੀਨ ਨਾ ਉਸ ਤੋਂ ਹੁੰਦੇ ਸਰ ਲਾਗ ਨੇ ਹਾਂ ਇਹ ਤੋਂ ਮਤਲਬ ਇਹ ਕਿੰਨੇ ਦਾ ਬਣ ਜੂਗਾ ਜੇ ਆਪਾਂ ਇਹ ਇਹ ਬਸ ਰੱਬ ਥੋੜਾ ਭਲਾ ਕਰੇ 5,80,000-85,000 ਦਾ ਸੌਦਾ ਹੋਊਗਾ ਬਸ 5,80,000-85,000 ਦਾ ਜਿਵੇਂ ਇਹਦਾ 6,00,000 ਤੇ 25,000 ਰੁਪਇਆ ਰੇਟ ਲੱਗਿਆ ਹੋਇਆ ਬਾਈ ਕਹਿੰਦਾ 5,80,85,000 ਦਾ ਇੱਥੇ ਜੇ ਸੌਦਾ ਹੋ ਜੂਗਾ ਹੁਣ ਤੁਸੀਂ ਲਾ ਲਓ ਵੀ ਕਿੰਨਾ ਘੱਟ ਵੱਧ ਸਕਦਾ ਜੇ ਟਰੈਕਟਰ ਦਿਖਾ ਦੂ ਸਾਰਾ ਰੰਗ ਬੰਨ ਦਿਖਾ ਟਰੈਕਟਰ ਦਾ ਟਾਇਰ ਟੂਰ ਦਿਖਾ ਕੀ ਮਾਡਲ ਹੈ ਆ ਗਾਂ ਦਿਖਾ ਦੇ ਫਾਰਮ ਟਰੈਕ 10 ਮਾਡਲ 3,00,000 ਦੇ 5,000 ਰੁਪਇਆ ਰੇਟ ਲੱਗਿਆ ਹੋਇਆ ਉਹ ਲਿਖਤਾ ਨਾ ਦਾ ਆ ਸੋਨਾ ਲਿਖਾ ਦਿਖਾ ਦੇਗਾ ਕਹਿੰਦਾ ਗਏ ਵਿਖਾਇਆ ਇਹ ਸੋਨਾ ਲਿਖਾ 15 ਕੇ 14 ਇਹ 14 ਮਾਡਲ ਹੈ ਜੀ 15 ਦੀ ਕਾਪੀ ਹੋ 15 ਦੀ ਕਾਪੀ 4.25 ਰੇਟ ਹੈ ਅੱਛਾ ਜੀ ਇਹ ਮੈਂ ਓਕੇ ਦੇ ਦਾਂਗਾ ਆਪਾਂ ਇਹ ਹਾਂ 3,80,000-85,000 ਦਾ ਠੀਕ ਹੈ ਠੀਕ ਹੈ 724-16 ਮਾਡਲ 3,15 ਇਹਦਾ ਰੇਟ ਲੱਗਿਆ ਹੋਇਆ ਜਾਨੀ ਤਕਰੀਬਨ 2,80,000 ਦਾ ਦੇ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਇੱਕ ਵਾਰੀ ਬਾਈ ਦਾ ਨਾਮ ਤੇ ਨੰਬਰ ਦੁਬਾਰੇ ਬੁਲਾ ਦੇ ਹਨਾ ਵੀ ਨਾਮ ਬੋਲਦੇ ਵੀਰੇ ਆਦਾ ਪਿੰਡ ਬੋਲਦੇ ਨਿਰਮਲ ਸਿੰਘ ਆ ਜੀ ਅੱਛਾ ਪਿੰਡ ਕੋਟਲੀ ਖੁਰਦ ਨਿਰਮਲ ਸਿੰਘ ਸਾਹਿਬ ਸ਼ੇਰ ਸਿੰਘ ਪਿੰਡ ਕੋਟਲੀ ਖੁਰਦ ਤਹਿਸੀਲ ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ ਅੱਛਾ ਤੇ ਨੰਬਰ ਵੀ ਬੋਲਦੇ 9635597027 98710930 ਹਾਂ ਜਿਵੇਂ ਆਪਾਂ ਪਹਿਲਾਂ ਸੌਦਾ ਹੁੰਦਾ ਦਿਖਾਇਆ ਬਾਈਆਂ ਨੇ ਸੌਦਾ ਕੀਤਾ ਨਾ ਟਰੈਕਟਰ ਦਾ ਗਾਂ ਵੀ ਹੋਰ ਵੀ ਸੌਦੇ ਹੁੰਦੇ ਆਪਾਂ ਦਿਖਾਇਆ ਕਰਾਂਗੇ ਨਾਲ ਨਾਲ ਕਿਉਂਕਿ ਆਪਾਂ ਹਰ ਇੱਕ ਮੰਡੀ ਤੇ ਵੀਡੀਓ ਲੈ ਕੇ ਆਏ ਕਰਾਂਗੇ ਹੁਣ ਤੇ ਆ ਗਾਂ ਖੜਾ ਸਵਰਾਜ 8 ਫਾਰਮ 7 6 ਮਾਡਲ ਹੈ ਜੀ ਅੱਛਾ ਇਹ 6 ਮਾਡਲ 252 ਇਹਦਾ ਰੇਟ ਲੱਗਾ 2,50,000 ਰੁਪਇਆ ਰੇਟ ਇਹ 2,30,000 ਦੇ ਦਾਂਗੇ ਜੀ 230 ਦਾ ਹਾਂ ਜੀ ਆ ਖੜਾ ਇੱਕ ਹਨਾ ਇਹ 2000 ਮਾਡਲ ਆ ਇਹ 2000 ਮਾਡਲ ਆ ਜੀ 1,65,000 ਦਾ ਅੱਛਾ ਇਹਦਾ 2,05,000 ਰੁਪਇਆ ਰੇਟ ਲੱਗਿਆ ਹੋਇਆ 1,65,000 ਦਾ ਬਾਕੀ ਮੌਕੇ ਤੇ ਹੁੰਦਾ ਦੇਖੋ ਯਾਰ ਰੇਟ ਦਾ ਨਾ ਸੌਦੇ ਦੀ ਗੱਲ ਹੁੰਦੀ ਆ ਕਿਤੇ ਵੀ ਹੋ ਸਕਦਾ ਸੌਦੇ ਸੌਦੇ ਤੇ ਆ ਵੀ ਕੋਈ ਕਿੱਥੇ ਜਗਾ ਤੇ ਹੁੰਦਾ ਆ ਖੜਾ 855 ਇੱਕ ਸੋਨਾ ਲਿਖਿਆ ਇਧਰ ਆ ਖੜਾ ਇਹ 3 ਮਾਡਲ ਆ ਜੀ 1,60,000 ਦਾ ਠੀਕ ਹੈ ਜੀ ਆ 2002 ਮਾਡਲ ਹੈ ਇਹ ਦੱਬ ਕੇ 2,20,000 ਦਾ 220 ਦਾ ਹਾਂ ਠੀਕ ਹੈ 220 ਦਾ ਬਸ ਤੇ ਉਹ ਖੜੇ ਇਧਰ ਇਹ ਤਾਂ ਦਿਖਾਤੇ ਵੀਰੇ ਆਪਾਂ ਪਹਿਲਾਂ ਕਰ ਲੈ ਕਵਰ ਹਾਂ ਆ ਦਿਖਾ ਦੇ ਇਧਰ ਆ ਖੜਾ ਆ ਨਹੀਂ ਦਿਖਾਇਆ ਜਿਵੇਂ ਹਰ 34 ਖੜਾ ਹਾਂ 2,90,000-16 ਮਾਲ ਇਹ ਰੱਬ ਤੁਹਾਡਾ ਭਲਾ ਕਰੇ 2,40,000 ਦਾ ਸੌਦਾ ਹੋ ਜੂ ਜੀ ਠੀਕ ਹੈ ਜੀ ਤੇ ਆ ਇਧਰ ਆ ਦਿਖਾ ਦੇ ਇਸ ਇਹ ਸੀ 550 ਇਹ ਤਕਰੀਬਨ ਬਾ 2,20,000 ਦਾ ਜੀ 2,55 ਇਹਦਾ ਰੇਟ ਲੱਗਿਆ ਹੋਇਆ 2,20 ਦਾ ਮੌਕੇ 10 ਦਾ ਵੀ ਦੇ ਦਾਂਗੇ ਜੇ ਲੋੜ ਹੋਵੇ ਉਹ ਮੌਕੇ ਦੀ ਗੱਲ ਆ ਦੇਖ ਯਾਰ ਹਨਾ ਹਾਂ ਵੀ ਜਦੋਂ ਸੌਦਾ ਹੁੰਦਾ 8 ਮਾਡਲ ਅੱਛਾ ਜੀ ਇਹ ਵੀ ਤਕਰੀਬਨ 2,50,000 270 ਰੇਟ ਲੱਗਿਆ 2,40,000 ਦਾ 2,40 ਦਾ ਬਾਕੀ ਮੌਕੇ ਦੀ ਗੱਲ ਆ ਹਨਾ ਆਹ ਇੱਕ ਮਾਡਲ ਹਾਂ ਇੱਕ ਮਾਡਲ 2,40 ਰੇਟ ਲੱਗਿਆ ਹੋਇਆ 2,15,000 ਬਾਈ ਜੇ ਮੰਨ ਲਓ ਕੋਈ ਸਾਡੀ ਵੀਡੀਓ ਦੇਖ ਕੇ ਆਉਂਦਾ ਬੰਦਾ ਉਹਦਾ ਤੁਸੀਂ ਕੀ ਫਾਇਦਾ ਉਹਨੂੰ 5,000 ਛੱਡਾਂਗੇ ਜੀ 5,000 ਆ ਕੋਈ ਨਹੀਂ ਤੁਸੀਂ ਆਓ ਜਰੂਰ ਵੀਡੀਓ ਸ਼ੇਅਰ ਕਰਕੇ ਆਓ ਆਪਾਂ ਤੁਹਾਡੀ ਵੀਡੀਓ ਦੇਖ ਕੇ ਜਿਹੜਾ ਬੰਦਾ ਆਉਂਦਾ ਇਹਨੂੰ 5,000 ਰੁਪਿਆ ਸੌਦੇ ਤੋਂ ਬਾਅਦ ਐਕਸਟਰਾ ਸੋਡ ਕਰਾਂਗੇ ਠੀਕ ਹੈ ਇਹ ਮਾਨ ਬਦਲੋ ਸਨਮਾਨ ਬਦਲੋ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਤੇ 7 ਮਾਡਲ 2,30,000 ਦਾ ਹੁਣ ਵੀਰੋ ਤੁਹਾਡੀ ਜ਼ਿੰਮੇਵਾਰੀ ਇਹ ਬਣਦੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਕਿ ਫਾਇਦਾ ਹੋ ਸਕੇ ਨਾ ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਦਾ ਜੀ ਕਿਸੇ ਨੂੰ ਟਰੈਕਟਰ ਦੀ ਲੋੜ ਆ ਬਾਵਾ ਕੁਐਰੀਆਂ ਆਉਂਦੀਆਂ ਦੂਰੋਂ ਮਤਲਬ ਪੰਜਾਬ ਤੋਂ ਜਿਹੜੀਆਂ ਬਾਹਰੋਂ ਆਉਂਦੀਆਂ ਆਪਣੇ ਕੋਲ ਕੁਐਰੀਆਂ ਉਹ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਆਪਣਾ ਵੀਡੀਓ ਬਣਾਉਣ ਦਾ ਇਹੀ ਮਕਸਦ ਹੁੰਦਾ ਮਤਲਬ ਤੁਸੀਂ ਦੂਰੋਂ ਹੋਰੋਂ ਬੈਠੇ ਹੋ ਤਲਵੰਡੀ ਸਾਹਿਬ ਉਹਨੂੰ ਦੱਸਿਆ ਹੋਇਆ ਪਰ ਇੱਕ ਵਾਰੀ ਗੱਲ ਕਰਕੇ ਜਦੋਂ ਬੰਦਾ ਆਉਂਦਾ ਫੋਨ ਤੇ ਸਿੱਧਾ ਆਉਣ ਨਾਲ ਜਦੋਂ ਦੂਰੋਂ ਆਉਣਾ ਕੋਈ ਬੰਦਾ 100-200 ਕਿਲੋਮੀਟਰ ਤੋਂ ਆਉਂਦਾ ਗੱਲ ਕਰਕੇ ਆਵੇ ਉਹਦਾ ਫਾਇਦਾ ਹੋ ਜਾਂਦਾ ਪਹਿਲਾਂ ਪੁੱਛ ਲੈ ਵੀ ਬੰਦਾ ਯਾਰ ਆਹ ਟਰੈਕਟਰ ਖੜਾ ਸੀ ਆਹ ਟਰੈਕਟਰ ਲੈਣਾ ਉਹ ਮੌਕੇ ਤੇ ਬੰਦਾ ਦੱਸਦਾ ਵੀ ਯਾਰ ਆਹ ਮੰਡੀ 'ਚ ਹੈਗਾ ਜਾਂ ਨਹੀਂ ਹੈਗਾਗਾ ਤੇ ਆਹ ਵੀਰੇ ਇਹਦਾ ਸੌਦਾ ਹੋ ਗਿਆ ਸੌਦਾ ਹੋਣੀ ਹੋਇਆ ਜੀ 11 ਮਾਲ ਜੀ ਹਾਂ ਇਹ ਪੂਰਾ ਘੈਂਟ ਟਰੈਕਟਰ ਬਸ ਬੰਦੇ ਖਾਸ ਰਿਸ਼ਤੇਦਾਰ ਨਿਕਲੇ ਲੈ ਗਏ ਉਹ ਠੀਕ ਹੈ 3,65,000 ਇਹਦਾ ਰੇਟ ਲੱਗਿਆ ਹੋਇਆ 3,25,000 ਦਿੱਤਾ ਜੀ 3,25,000 ਦਾ ਦੇਖੋ ਸੌਦਾ ਹੋਇਆ ਇਹਦਾ ਤੇ 11 ਮਾਡਲੇ ਟਰੈਕਟਰ ਆ ਇਹ ਦਿਖਾ ਦੇ ਟਾਇਰ ਟੂਰ ਨਵੇਂ ਜੀ ਸੋਹਣਾ ਰੇਟ ਇਥੋਂ ਅੰਦਾਜ਼ਾ ਜਾ ਹੋ ਜਾਂਦਾ ਵੀ ਯਾਰ ਇੰਨੇ ਰੇਟ ਦਾ ਆਹ ਟਰੈਕਟਰ ਬਣ ਜਾਂਦਾ ਇਹ ਜੇ ਟਾਇਰਾਂ ਵਾਲਾ ਹਨਾ ਠੀਕ ਹੈ ਵੀਰੇ ਸ਼ੁਕਰੀਆ ਤੁਹਾਡਾ ਓਕੇ ਜੀ ਧੰਨਵਾਦ ਖਾਣਾ ਪੀਣਾ ਕੁਝ ਨਾ ਨਾ ਬਹੁਤ ਬਹੁਤ ਧੰਨਵਾਦ ਆਹ ਦੇਖੋ ਜੀ ਆਹ ਸਵਰਾਜ 855 ਪੁਰਾਣਾ ਮਾਡਲ ਪੰਜਾਬ ਨੰਬਰ ਆ PB44 ਤੇ ਇਹ 96 ਮਾਡਲ ਆ 2,00,000 ਤੇ 5,000 ਰੁਪਇਆ ਇਹਦਾ ਰੇਟ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਹਨਾ ਤੇ ਇੱਧਰ ਆ ਬਾਈ ਨਾਲ ਗੱਲ ਕਰਦੇ ਆ ਆਪਾਂ ਆਹ ਵੀ ਦਿਖਾ ਦਿਓ ਏ ਆਮ ਹੈਗਾ ਟਰੈਕਟਰ 17 ਮਾਡਲ ਪੰਜਾਬ ਨੰਬਰ 5,00,000 ਤੇ 45,000 ਰੁਪਇਆ ਦਾ ਰੇਟ ਲੱਗਿਆ ਆਪਾਂ ਬਾਈ ਨਾਲ ਗੱਲ ਕਰਦੇ ਆ ਕੀ ਹਾਲ ਆ ਬਾਈ ਸਤਿ ਸ਼੍ਰੀ ਅਕਾਲ ਆ ਤੁਹਾਡਾ ਟਰੈਕਟਰ ਆ ਨਾ ਜੀ ਆਪਣੇ ਮੰਡੀ ਦਾ 50 ਸੀ ਜੀ
अच्छा अच्छा आ मंडी वाला ट्रैक्टर ठीक है वीरे ते ए मंडी वाला ट्रैक्टर गा आपा उधर एक और 855 खड़ा है ना आ जा ओ कर ला पाउज ओए 855 हो रही है 13 मॉडल आ जमे टैटूर जे दिखा दे दे है ना 4,00,000 ते 50,000 रुपया इहदा रेट लग्या होया इतो थोड़ा जिहा रेटां दा जायजा हो जांदा ते टायर इहदे नाल दे भाई कहिंदा आ जाओ जी आ जाओ माड़ा जिहा इधर आ दिखा दे 16 मॉडल इहदा 5,00,000 ते 30,000 रुपया रेट लग्या होया गां आ जा तीन खड़े ने कट्ठे वीरो एक आ खड़ा ए 8 मॉडल आ इहदा 3,32,000 रुपया रेट लग्या होया टायर दिखा इहनां दे आ देख इहदे टायर किड्डे सोहणे आ इहदे टायर बहुत वधिया पए आ रंग बन इहदा साफ आ एक उधर खड़ा आ उह भी दिखा आ 10 मॉडल आ जी ते 3,65,000 रुपया इहदा रेट लग्या होया ते टायर वगैरह इहदे ठीक पए आ 50-50 कह सकदे आपां बहुते नवें तां नहीं हैगे है ना ते रंग बन वैसे वधिया पिया बहुत साफ आ ना पिछों दिखा दे सारा ये बाई का आप नंबर भी वीडियो के पाने आ जाओ बाई को चलते आप गलबात करते हैं आ दिखा माड़े 8 मॉडल 16 तो आ है 13 मॉडल शिवपुई सोडे ट्रैक्टर डीलर हो तुम अच्छा अच्छा किड़े पिंड कलो तो जी कलो तो थोड़ा मोबाइल नंबर बोल दो जी 94,179 43,309 ठीक है जी बुधवार तो अस बुधवार आ नहीं सकते होर दिन भाई जी को घरे भी ट्रैक्टर खड़े होंगे घरों भी तुसी लै सकते हो जिवें बापू इन्हां दा रेट लग्या होया गा इहदा लग्या होया 4,00,000-4,50,000 रुपया इह कितने क तक बन जूगा आपां नूं 35,000 435 दा ठीक है जी आ जा आ देखो सी 963 ते ए हैगा 18 मॉडल ते 6,10,000 रुपये दा रेट लग्या होया पंजाब नंबर ट्रैक्टर आ माड़ा दिखा टायर टूर दिखा दे ते ए नाल आ जा इधर आ जा आ 855 जी ते 21 मॉडल आ 6,85,000 रुपये दा रेट लग्या होया दिखाए दा रंग किन्ना सोहना पिया दा प्रीत प्रीतियां भी आउंदियां हुंदियां क्वेरियां ना 21 मॉडल 6,15,000 रुपये इहदा लग्या थ्री स्पीड है जी इह ते पंजाब नंबर ट्रैक्टर है855 क्या बात है अज 855 की भरमार हो पई है 2011 मॉडल है 3,70,000 ਦਾ ਅੰਕਲ ਕਹਿੰਦੇ 3,70,000 ਦਾ ਦੇ ਦੇਣਾ ਇਹ ਚੱਕੋ ਲਓ ਚੱਕੋ ਜੀ ਅੰਕਲ ਦਾ ਮੌਕੇ ਤੇ ਖੜਾ ਹੀ ਰੇਟ ਘਟਾਈ ਜਾਂਦਾ ਹਾਂ ਇਹਦੀ ਵਾਸਤੇ ਨਹੀਂ ਮਿਲਨੇ ਕਿਤੇ ਹਾਂ ਇਹ ਫਾਈਬਰ ਵਾਲੀ ਛਤਰੀ ਲੱਗੀ ਵੀ ਹੈ ਹੈ 380 ਦਾ ਵੀ ਦੇ ਦਾਂਗੇ ਬਾਈ ਕਹਿੰਦਾ ਕੀ ਬਾਤ ਹੈ ਜੀ ਪੈਸੇ ਚਾਹੀਦੇ ਮੰਦਾ ਅੱਜ ਬੁਰਾ ਹਾਲ ਬੁਰਾ ਹਾਲ ਹੈ ਕਹਿੰਦੇ ਚੱਲਦਾ ਬਾਈ ਦਾ ਕਹਿੰਦੇ ਅੰਕਲ ਦਾ ਪੂਰਾ ਦਬਦਬਾ ਬਣਿਆ ਹੋਇਆ ਉੱਥੇ हरियाणे दे होए बंदे यूपी दे होए डिलीवरी भी कर दोगे कर देंगे क्या बात है दोस्तों एडी घेंट थोनू फैसिलिटी नहीं मिलनी अंकल तो बिना किते चेको भाई लोन कराना होवे जे कहने लोन भी करवा लोन फैसिलिटी भी अवेलेबल है दोस्तों ऑल ओवर इंडिया जी हां जी पुराने ट्रैक्टर ते हां चलो जी पुराने ट्रैक्टर ते भी लोन फैसिलिटी अवेलेबल है सो हां जी दोस्तों आ चीज ता सानू दूरों ही सड़क ते तुरे जांदे नु खिच ले आई आपदे बन्नी सो हाँ जी दोस्तों किमें लगी थोनू साड़ी ये वीडियो प्लीज़ सबसक्राइब कर लियो जे चंगी लगी तो लाइक भी कर दियो जे कुछ होर भी चंगा लग्या तो फिर कमेंट भी कर दियो क्यों भाई एक गल वीरो होर के एक ना बहुत वधिया ऑफर लैके आ रहे हैं आपने यूट्यूब चैनल के उपर प्रमोशन फ्री
ਅਸੀਂ ਮਰੀ ਪ੍ਰਮੋਸ਼ਨ ਕਰਾਂਗੇ। ਕੋਈ ਵੀ ਵੀਰ ਭਾਈ ਕੁਛ ਵੀ ਕੋਈ ਖੇਤੀਬਾੜੀ ਰਿਲੇਟਡ ਸੰਦ ਬਣਾਉਂਦਾ, ਕਿਤੇ ਬੈਠਾ ਕੋਈ ਤਵੀਆਂ ਬਣਾਈ ਜਾਂਦਾ ਜਾਂ ਕਿਸੇ ਨੇ ਦੁਕਾਨ ਦੀ ਪ੍ਰਮੋਸ਼ਨ ਕਰਨੀ ਆ, ਕੁਛ ਵੀ ਆ ਫ੍ਰੀ ਚ, ਕੋਈ ਪੈਸਾ ਨਹੀਂ ਹੈਗਾ, ਕੋਈ ਪੈਸਾ ਨਹੀਂ, ਕੋਈ ਪੈਸਾ ਨਹੀਂ ਵੀਰ। ਹਾਂ, ਜੇ ਥੋੜਾ ਦੂਰ ਆਉਣਾ ਪਿਆ ਉਹਦਾ ਅਸੀਂ ਦੇਖ ਸਕਦੇ ਹਾਂ ਵੀ ਸਾਡਾ ਆਉਣ ਜਾਣ ਦਾ ਜਿਹੜਾ ਖਰਚ ਹੋਇਆ ਗੱਡੀ ਦਾ ਉਹ ਅਸੀਂ ਤੇਲ ਦਾ ਉਹ ਜ਼ਰੂਰ ਲੈ ਸਕਦੇ ਹਾਂ, ਪਰ ਜੇ ਕੋਈ ਬੰਦਾ ਉਹ ਵੀ ਨਹੀਂ ਦੇ ਸਕਦਾ ਉਹ ਵੀ ਛੱਡਿਆ ਪਰ ਪ੍ਰਮੋਸ਼ਨ ਬਿਲਕੁਲ ਪਰਮਾਤਮਾ ਭਲੀ ਕਰੇ। ਤੁਸੀਂ ਕੰਮ ਇੰਨਾ ਕਰਨਾ ਕਿ ਸਾਡੀਆਂ ਵੀਡੀਓ ਨੂੰ ਸ਼ੇਅਰ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਜ਼ਿਆਦਾ ਤੋਂ ਜ਼ਿਆਦਾ ਗਰੁੱਪਾਂ 'ਚ ਜਿੰਨਾ ਵੀਡੀਓ ਤੁਸੀਂ ਸ਼ੇਅਰ ਕਰੋਗੇ ਉਹ ਚੀਜ਼ ਸਾਨੂੰ ਦਿਖਾ ਦਿਓ ਵੀ ਤੁਹਾਡੀਆਂ ਹਰ ਇੱਕ ਵੀਡੀਓ ਜੇ ਸਾਡਾ ਕੰਟੈਂਟ ਚੰਗਾ ਲੱਗਦਾ ਤਾਂ ਹੀ ਸ਼ੇਅਰ ਕਰਨਾ, ਜੇ ਨਹੀਂ ਲੱਗਦਾ ਤਾਂ ਸਾਨੂੰ ਲਿਖੋ ਵੀ ਬੰਦ ਕਰੋ ਯਾਰ ਇਹ। ਹਾਂ ਬਸ, ਸਾਨੂੰ ਸਾਡੇ 'ਚ ਕੋਈ ਵੀ ਕਮੀ ਆ ਕੋਈ ਘਾਟ ਆ ਉਹ ਸਾਨੂੰ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ, ਆਪਾਂ ਉਹ 'ਚ ਸੁਧਾਰ ਕਰੀਏ, ਹੈ ਨਾ। ਅਤੇ ਆਹ ਜਿਵੇਂ ਅੱਜ ਵੀਡੀਓ ਬਣਾਈ ਆ ਇਹ ਆਪਣਾ ਹਫ਼ਤੇ ਦੇ ਵਿੱਚ ਵੀਡੀਓ ਪਾਰਟਾਂ ਦੇ ਵਿੱਚ ਆਊਗੀ, ਪਹਿਲਾ ਪਾਰਟ, ਦੂਜਾ ਪਾਰਟ ਅਤੇ ਤੀਜਾ ਪਾਰਟ। ਅਤੇ ਚੈਨਲ ਦੇ ਨਾਲ ਜੁੜੇ ਰਹੋ, ਐਡੇ ਕੁ ਵਧੀਆ ਟਰੈਕਟਰ ਇੰਨੇ ਕੁ ਘੱਟ ਰੇਟਾਂ ਦੇ ਉੱਪਰ ਆਪਣੇ ਨਾਲ ਡੀਲਰ ਪੱਕੇ ਜੁੜ ਚੁੱਕੇ ਨੇ ਹੁਣ। ਪਿਛਲੀ ਵਾਰ ਆਪਣੀ ਪਹਿਲੀ ਵੀਡੀਓ ਸੀ, ਆ ਦੂਜੀ ਆ ਕਿ ਆਪਾਂ ਡੀਲਰਾਂ ਨਾਲ ਲਿੰਕ ਕਰ ਲਿਆ, ਪੱਕੇ ਜੁੜ ਚੁੱਕੇ ਨੇ। ਆਪਣਾ ਚੈਨਲ ਸ਼ੇਅਰ ਕਰਕੇ ਜੇ ਤੁਸੀਂ ਆਓਗੇ ਤਾਂ ਤੁਸੀਂ ਰੇਟ ਦੇਖਦਾ ਦੇਖਿਓ ਟਰੈਕਟਰਾਂ ਦਾ, ਜਿਹੜਾ 3 ਲੱਖ ਲੱਗਿਆ ਟਰੈਕਟਰ ਦਾ, ਜੇ 2.25 ਚ ਨਾ ਤੁਹਾਨੂੰ ਮਿਲਦਾ ਤਾਂ ਸਾਨੂੰ ਖਾੜੇ ਚ ਮੱਲ ਦੂਜੇ ਮੱਲ ਨੂੰ ਢਾਉਂਦਾ ਐ ਰੇਟ ਡਿਗਣਗੇ, ਐ ਰੇਟ ਕੰਪੈਰੀਜ਼ਨ ਕਰਕੇ ਸੱਟਿਆ ਕਰਨੇ ਆਪਾਂ ਵੀ ਫਲਾਨਾ ਦਾ ਇੰਨੇ ਦਾ ਦਿੰਦਾ, ਤੁਸੀਂ ਦੱਸੋ ਕਿੰਨੇ ਦਾ ਦੇਣਾ। ਸਮਝ ਗਏ ਨਾ, ਇਹ ਹੁਣ ਰਿਸਪੋਂਸੀਬਿਲਟੀ ਤੁਹਾਡੀ ਆ। ਤੁਸੀਂ ਸਾਡੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਕਰਨਾ, ਚੈਨਲ ਨੂੰ ਘੰਟੇ ਵਾਲਾ ਬਟਨ ਦੱਬ ਦਿਓ ਅਤੇ ਫੱਟੇ ਚੱਕ ਦਿਓ ਵੀਰ। ਧੰਨਵਾਦ ਤੁਹਾਡਾ। ਧੰਨਵਾਦ ਦੋਸਤੋ।